ਪਰਮ ਸਰਕਾਰਯੋਗ ਸਾਧਸੰਗੇ ਜੀ ਰਚਨਾ ਪਵਿੱਤਰ ਕਰ ਲਈਏ ਧਿਆ ਕੀ ਧਾਂਸੀ ਰਿ ਸਾਧਗੁਰੂ ਪਟਾਪ ਸਿੰਘ ਜੀ ਧਾਂਸੀ ਰਿ ਸਾਧਗੁਰੂ ਜਗਜੀਤ ਸਿੰਘ ਜੀ ਧਾਂਸੀ ਰਿ ਸਾਧਗੁਰੂ ਉਦੇਸ ਸਿੰਘ ਜੀ ਸਾਧਸੰਗੇ ਜੀ ਅਸ ਦੀ ਸਾਖੀ ਰਚਨਾਵਲੀ ਗਿਆਨੀ ਤੇਜਾ ਸਿੰਘ ਜੀ ਵੱਲੋਂ ਲਿਖੀ ਗਈ ਪੁਸਤਕ ਵਿੱਚੋਂ ਲਈ ਗਈ ਹੈ ਸਾਕੀ ਦਾ ਸੀ ਲੇਖ ਹੈ ਸੁੰਦਰ ਸਿੰਘ ਮਸਤਾਨ ਨੇਤੇ ਮਸਤੀ ਅਵਸਥਾ ਅਫਰੀਕਾ ਦੀ ਧਰਤੀ ਦੇ ਭਾਗ ਜਾਗੇ ਸਮੇ ਦਾ ਸਤਗੁਰੂ ਸਾਰੇ ਸੰਸਾਰ ਦਾ ਸਾਂਝਾ ਹੁੰਦਾ ਜਿੱਥੋਂ ਦੇ ਜੀਵਾਂ ਦਾ ਪਲਾ ਘਰਨਾ ਹੁੰਦਾ ਉਹ ਆਪ ਹੀ ਖੇਲ ਰਚ ਲੈਂਦਾ ਹੈ ਸ਼੍ਰੀ ਸਾਗੂ ਪਰਦਾਦ ਸਿੰਘ ਜੀ ਸ਼੍ਰੀ ਸਤਗੁਰੂ ਨਾਨਕ ਜੀ ਤੋਬਾਦ ਪ੍ਰਦੇਸ਼ਾਂ ਵਿੱਚ ਸਿੱਖੀ ਬਾਗ ਹਰਾ ਕਰਨ ਵਾਸਤੇ ਦੌਰੇ ਸ਼ੁਰੂ ਕੀਤੇ ਕਿਉਂ ਜੋ ਸਾਧਗੁਰ ਵਾਲੀ ਵੀ ਅਤੇ ਮਾਲੀ ਵੀ ਜੋ ਸਾਧਗੁਰ ਮਾਲੀ ਵੀ ਅਤੇ ਵਾਲੀ ਵੀ ਹੁੰਦਾ ਹੋਇਆ ਪਾਲਣਾ ਵੀ ਆਪ ਹੀ ਕਰਦਾ ਸ੍ਰੀ ਸਾਧਗੁਰ ਜੀ ਦਾ ਅਫਰੀਕਾ ਕੀਨੀਆ ਦਾ ਪਹਿਲਾ ਦੌਰਾ 1953 ਈਸਵੀ ਵਿੱਚ ਹੋਇਆ ਇਹ ਯਾਤਰਾ ਸਮੁੰਦਰੀ ਜਹਾਜ਼ ਰਾਹੀਂ ਬੰਬਾਸਾ ਬੰਦਰਗਾਹ ਉਤਰੇ ਉਥੇ ਦੇ ਦੀਵਾਨ ਅਸਰਿਵਾਰ ਤੋਂ ਬਾਅਦ ਕਾਰ ਸੜਕ ਰਾਹੀਂ ਨੈਰੋਬੀ ਪਹੁੰਚੇ ਸਤਗੁਰਜੀ ਦੇ ਇਸ ਦੌਰੇ ਤੋਂ ਕੁਝ ਸਾਲ ਪਹਿਲਾਂ ਨੈਰੋਬੀ ਵਿੱਚ ਇੱਕੋ ਗੁਰਦੁਆਰਾ ਸਿੰਘ ਸਭਾ ਹੁੰਦਾ ਸੀ ਇੱਥੇ ਗਿਣਤੀ ਦੇ 3 ਜਾਂ 4 ਨਾਮਧਾਰੀ ਸਿੰਘ ਸਨ ਇੱਕ ਸੰਤ ਸੁੰਦਰ ਸਿੰਘ ਖੋਜੀ ਤੋੜਨਗਰ ਤੋਂ ਸ਼ਬਦ ਦੀ ਮਸਤੀ ਵਿੱਚ ਮਸਤ ਹੁੰਦਾ ਉੱਚੀ ਬਿਰਤੀ ਤੱਕ ਪਹੁੰਚਾ ਹੋਇਆ ਇਕ ਦੀਵਾਨ ਵਿੱਚ ਸਿੰਘ ਸਭਾ ਗੁਰਦੁਆਰੇ ਸ਼ਬਦ ਕੀਰਤਨ ਹੁੰਦਿਆਂ ਮਸਤ ਹੋਇਆ ਮਸਤੀ ਵਿੱਚ ਨੀਰਤਕਾਰੀ ਕਰਦੇ ਦੀ ਦਸਤਾਰ ਤਾਂ ਲਾਤੀ ਜਾਂਦੀ ਹੈ ਸੰਗਤ ਵਿੱਚੋਂ ਇੱਕ ਕਟੜ ਸਿੰਘ ਸਭੀਏ ਖਿਆਲਾਂ ਦੀ ਇਤਲਕੀ ਵਿੱਚ ਉਠਿਆ ਉਸ ਮਸਤਾਨੇ ਨੂੰ ਕੇਸਾਂ ਤੋਂ ਫੜ ਕੇ ਧੂਕੇ ਦਰਵਾਜ਼ੇ ਤੋਂ ਬਾਹਰ ਕਾਢ ਲੈ ਜਾ ਸੁਟਿਆ ਕਿ ਇਸ ਨੇ ਗੁਰੂ ਗ੍ਰੰਥ ਦੀ ਹਜ਼ੂਰੀ ਵਿੱਚ ਦਸਤਾਰ ਕਿਉਂ ਲਈ ਨੰਗੇ ਸਿਰ ਕਿਉਂ ਆ ਉਸ ਦੇ ਅੰਦੇ ਵਿਸ਼ਵਾਸ ਅਨੁਸਾਰ ਕਿ ਇਹ ਪਖੰਡ ਹੈ ਸ਼ਬਦ ਕੀਰਤਨ ਸਮਾਪਤੀ ਤੇ ਮਸਤਾਨੀ ਸੂਰਤ ਵਿੱਚ ਆਇਆ ਤਾਂ ਉਸ ਦੇ ਮੂਹੋਂ ਸੁਭਾਵਕ ਹੀ ਨਿਕਲਿਆ ਕਿ ਜੇਕਰ ਮੈਂ ਸੱਚ ਹੀ ਸ਼ਬਦ ਦੀ ਮਸਤੀ ਵਿੱਚ ਮਸਤਾ ਨਾ ਹੋਇਆ ਹਾਂ ਤਾਂ ਜਿਨ੍ਹਾਂ ਹੱਥਾਂ ਉਂਗਲਾ ਨਾਲ ਇਹ ਕੇਸ ਵੜੇ ਹਨ ਉਹ ਉਂਗਲਾ ਨਹੀਂ ਰਹਿਣੀਆਂ ਚਾਹੀਦੀਆਂ तो ती सचमुची तीसरे दिन वो सिंह आरा मशीन पर लकड़ियाँ कटाई कर रहा है उस हथ दिया तीन उंगलियाँ कटिया गई इस कौतकदानरौबी सिख सारी संगत विच प्रचार चर्चा हुई कि सचमुची शब्द की मस्ती वाले विच उस समय सदगुरु शब्द का वासा हों है मुंबारा मम्बाशा शहर ईस्ट अफ्रीका समुद्री बंदरगाह में कंपनी फौजी कैंटीन वालों एक महीने वास्ते काम कर गया मंबाशा शहर ईस्ट अफ्रीका समुद्री बंदरगाह में कंपनी फौजी कैंटीन वालों एक महीने वास्ते काम कर गया ਉਥੋਂ ਦੇ ਵਸਨੀਕ ਸਿੰਘ ਨੇ ਦੱਸਿਆ ਕਿ ਇੱਥੇ ਇੱਕ ਸਿੰਘ ਨੂੰ ਦਮੇ ਦੀ ਸਵਾਸ ਰੁਕ ਜਾਣ ਦੀ ਬਿਮਾਰੀ ਸੀ ਇਤੋਂ ਤੱਕ ਕਿ ਕਿਸੇ ਵਕਤ ਆਪਰੇ ਸਵਾਸ ਚਾਲੂ ਕਰਨ ਦੀ ਦਵਾਈ ਵੀ ਕਾਮਨਾਸੀ ਕਰਦੀ ਉਸ ਸਿੰਘ ਦੱਸਿਆ ਕਿ ਇੱਥੇ ਇੱਕ ਸਰਗੋ ਪ੍ਰਤਾਪ ਸਿੰਘ ਜੀ ਦੇ ਚਰਨਾਂ ਦੀ ਧੂੜ ਰੱਖੀ ਹੋਈ ਸੀ ਉਸ ਧੂੜ ਵਿੱਚੋਂ ਤਿੰਨ ਕਾਗਜ਼ ਵਿੱਚ ਦਵਾਈ ਵਾਂਗ ਪੂੜੀਆਂ ਬਣਾ ਕੇ ਉਸ ਦਮੇ ਦੀ ਬਿਮਾਰੀ ਵਾਲੇ ਬਾਈ ਨੂੰ ਪਾਣੀ ਸਾਥ ਖਵਾ ਦਿੱਤੀਆਂ ਅਤੇ ਐਸੀ ਕਿਰਪਾ ਹੋਈ ਕਿ ਉਸ ਦੀ ਨਮੀ ਦੀ ਬਿਮਾਰੀ ਦਾ ਪਤਾ ਹੀ ਨਹੀਂ ਕਿੱਧਰ ਉੱਡ ਗਈ ਬਾਅਦ ਉਸ ਨੂੰ ਕੋਈ ਵੀ ਪੰਪ ਆਦਕ ਵਰਤਨ ਦੀ ਲੋੜ ਨਾ ਪਈ ਸਾਰੀ ਆਕਲੀਏ ਤਾਂਸੀ ਸੈਗੂ ਪਟਾਪ ਸਿੰਘ ਜੀ ਤਾਂਸੀ ਰਿਜ਼ਾਦ ਗੁਰੂ ਜਗਜੀਤ ਸਿੰਘ ਜੀ